ਅੰਮ੍ਰਿਤਸਰ ਦੇ ਮਜੀਠਾ ਰੋਡ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦ ਇੱਕ ਹੋਟਲ ਵਿਖੇ ਚੱਲ ਰਹੀ ਬਰਥਡੇ ਪਾਰਟੀ ਦੌਰਾਨ ਹੋਏ ਮਾਮੂਲੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲ ਗਈਆਂ ਅਤੇ ਦੋ ਲੋਕਾਂ ਦੀ ਮੌਤ ਹੋ ਗਈ। ਜਿਹਦੀ ਜਾਣਕਾਰੀ ਦਿੰਦੇ ਐਡੀਸੀਪੀ ਸੰਦੀਪ ਮਲਿਕ ਨੂੰ ਦੱਸਿਆ ਗਿਆ ਕਿ ਇੱਕ ਵਿਕਰਮ ਅਤੇ ਦੂਸਰਾ ਮਨੀ ਸੁਨਿਆਰਾ ਦੋ ਨੌਜਵਾਨਾਂ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਸਨ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਸੰਬੰਧ ਵਿੱਚ ਮਾਮਲਾ ਦਰਜ ਕਰ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਆਪਸ ਦੇ ਵਿੱਚ ਵੈਸੇ ਨੋਨ ਹੀ ਸੀਗੇ, ਬਰਥਡੇ ਪਾਰਟੀ ਦੇ ਵਿੱਚ ਆਏ ਸੀਗੇ ਫਰੈਂਡ ਸਰਕਲ ਦੀ, ਬਟ ਇਹਨਾਂ ਦਾ ਕੋਈ ਕੇਕ ਵਗੈਰਾ ਕਿਸੇ ਨੂੰ ਲੱਗ ਗਿਆ ਜੋ ਇਹਨਾਂ ਦਾ ਪ੍ਰਸ਼ਾਸਨ ਦੱਸ ਰਿਹਾ ਹੋਟਲ ਦਾ, ਉਹਦੇ ਮੱਦੇਨਜ਼ਰ ਉਹਨਾਂ ਦਾ ਆਪਸ ਦੇ ਵਿੱਚ ਗੋਲ ਬੁਲਾਰਾ ਹੋ ਗਿਆ। ਬਾਹਰ ਆ ਕੇ ਧੱਕਾ ਮੁੱਕੀ ਹੋਈ ਜਿਸਦੇ ਵਿੱਚ ਇੱਕ ਬੰਦੇ ਨੇ ਵੈਪਨ ਕੱਢ ਕੇ ਅਤੇ ਗੋਲੀ, ਇੱਕ ਮਨੀ ਸੁਨਿਆਰਾ ਅਤੇ ਵਿਕਰਮ ਨੂੰ ਗੋਲੀ ਲੱਗੀ ਹੈ ਜਿਨ੍ਹਾਂ ਦੀ ਡੈਥ ਹੋਈ ਹੈ। ਉਹ ਜੋ ਪਤਾ ਲੱਗਿਆ ਹਾਲੇ ਤੱਕ ਮਨੀ ਢਿੱਲੋਂ ਹੈਗਾ ਸੁਲਤਾਨ ਪਿੰਡ ਦਾ, ਜਿਹਨੇ ਗੋਲੀ ਚਲਾਈ। ਨਹੀਂ ਅਭੀ ਤੱਕ ਪਤਾ ਨਹੀਂ ਲੱਗਿਆ। ਵੀ ਹੈਵ ਰਾਊਂਡਡ ਸੈਵਰਲ ਪਰਸਨ ਇਨ ਦੀ ਪੁਲਿਸ ਸਟੇਸ਼ਨ, ਦੋ ਗੱਡੀਆਂ ਫੜੀਆਂ, ਬੰਦੇ ਫੜੇ, ਅਸੀਂ ਵੈਰੀਫਾਈ ਕਰ ਰਹੇ, ਜੋ ਵੀ ਸੈਕਸ਼ਨ ਬਣੇਗਾ ਪੂਰੀ ਲੀਗਲ ਕਾਰਵਾਈ ਕੀਤੀ ਹੈ।